ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਸ ਨੂੰ 5 ਮਿੰਟ ਵਾਸਤੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਆਪਾਂ ਬਹੁਤਾ ਸਮਾਂ ਨਹੀਂ ਲਾਉਣਾ, ਤੋ ਇਸ ਚੀਜ਼ਾਂ ਦੀ ਦਾਸ ਜਾਂਦੇ ਰਹਿੰਦੇ ਹਨ। ਦੋ ਚਾਰ ਮੁੱਖ ਮੁੱਖ ਗੱਲਾਂ ਆਪਾਂ ਕਰਨੀਆਂ ਵੀ ਜਿਹੜੀ ਘਟਨਾ ਵਾਪਰੀ ਆ ਇਹ ਕੌਮ ਦੇ ਵਿੱਚ, ਪੰਥ ਦੇ ਵਿੱਚ ਕੋਈ ਇਮਤਿਹਾਨ ਨਹੀਂ ਹੋਇਆ ਕਰਦਾ ਹੈ ਅਤੇ ਇਮਤਿਹਾਨ ਪਾਸ ਕਰਨ ਤੋਂ ਬਿਨਾਂ ਗੁਰੂ ਪਿਆਰੇ ਖਾਲਸਾ ਜੀ ਕਦੀ ਵੀ ਡਿਗਰੀ ਨਹੀਂ ਮਿਲਦੀ। ਇਸ ਤਰ੍ਹਾਂ ਦੇ ਬਹੁਤ ਸਮੇਂ ਆਪਣੇ ਕਿਸੇ ਕੌਮ 'ਤੇ ਲੰਘਦੇ ਰਹੇ ਆ ਅਤੇ ਪਰ ਆਪਾਂ ਇਹਦੇ ਵਿੱਚੋਂ ਇੱਦਾਂ ਹੀ ਲੰਘ ਜਾਣਾ। ਆਪਾਂ ਪਰ ਏਕਤਾ ਬਣਾਈ ਰੱਖਣੀ ਆ, ਖਾਸ ਕਰਕੇ ਇੰਗਲੈਂਡ ਵਾਸਤੇ ਬੇਨਤੀ ਕਰਨੀ ਚਾਹੁੰਦਾ ਦਾਸ। ਆਸਟ੍ਰੇਲੀਆ ਵੀ ਗਏ ਅਤੇ ਹੁਣੇ ਮਹੀਨਾ ਹੋਇਆ ਕਨੇਡਾ ਤੋਂ, ਵੀ ਸਿੰਘਾਂ ਨਾਲ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਕਿਉਂਕਿ ਉਹ ਆਪਣੇ 'ਤੇ ਕਾਫੀ ਮਤਲਬ ਮਾਣ ਕਰਦੇ ਹਨ ਕਿਉਂਕਿ ਸਾਰੀਆਂ ਜਥੇਬੰਦੀਆਂ ਆਪਾਂ ਰਲ ਮਿਲ ਕੇ ਚੱਲਦੇ ਹਾਂ ਇੱਥੇ। ਅਤੇ ਦਾਸ ਨੂੰ ਅੱਜ ਵੀ ਪਤਾ ਲੱਗਾ ਸੀਗਾ ਵੀ ਕਈਆਂ ਨਾਲ ਮੇਰੀ ਗੱਲਬਾਤ ਵੀ ਹੋਈ, ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਇੱਥੇ ਪ੍ਰੋਗਰਾਮ ਦੇ ਉੱਤੇ, ਆਪਾਂ ਇਸ ਤਰ੍ਹਾਂ ਕਰਨਾ ਹੈ। ਅਤੇ ਕੁਝ ਸਿੰਘਾਂ ਨੇ ਕਿਹਾ ਅਸੀਂ ਤੁਹਾਡੇ ਨਾਲ ਹਾਂ, ਪਰ ਸਾਨੂੰ ਕਹਿੰਦੇ ਕਿ ਸਾਡਾ ਪ੍ਰੋਫੈਸਰ ਦਰਸ਼ਨ ਸਿੰਘ ਨੇ ਨੱਕ ਵੱਢ ਦਿੱਤਾ, ਪਰ ਹੁਣ ਲੱਗਦਾ ਅਸੀਂ ਵੀ ਹੁਣ ਫਿਰ ਨਾ ਕਿਤੇ ਘਾਟਾ ਖਾ ਜਾਈਏ, ਪਰ ਅਸੀਂ ਤੁਹਾਡੇ ਨਾਲ ਹਾਂ। ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਦੁਬਧਾ ਵਾਲੀ ਗੱਲ ਨਹੀਂ ਹੈ ਕਿਉਂਕਿ 20-25 ਸਾਲ ਤੋਂ ਗੁਰੂ ਪਿਆਰੇ ਖਾਲਸਾ ਜੀ ਪ੍ਰੋਫੈਸਰ ਲਾਣਾ ਜਿਹੜਾ ਉਹ ਇੰਗਲੈਂਡ ਵਿੱਚ ਆ ਕੇ ਸਾਡੇ ਭਰਾਵਾਂ ਨੂੰ ਵਰਗਲਾ ਕੇ ਮਗਰ ਲਾਉਂਦਾ ਰਿਹਾ ਅਤੇ ਇਸ ਕਰਕੇ ਸਾਡੇ ਭਰਾ ਸਾਡੇ ਨਾਲ ਨਹੀਂ ਰਲੇ। ਪਰ ਸਾਨੂੰ ਬੜੀ ਖੁਸ਼ੀ ਆ, ਕੁਝ ਸਮੇਂ ਤੋਂ ਬਹੁਤ ਚੜ੍ਹਦੀ ਕਲਾ ਵਿੱਚ ਇੰਗਲੈਂਡ ਦੀਆਂ ਜਥੇਬੰਦੀਆਂ ਸਾਰੀਆਂ, ਆਪਾਂ ਨੂੰ ਪਤਾ ਕਿ FSO ਦੇ ਹੁਣ ਵੀ ਆਪਣੇ ਕੁਲਦੀਪ ਸਿੰਘ ਜੀ ਬੈਠੇ ਆ, ਸਾਰੀਆਂ ਜਥੇਬੰਦੀਆਂ ਇਕੱਠੀਆਂ ਆ ਅਤੇ ਜਿਹੜਾ ਹੁਣ ਟਕਸਾਲ ਦੇ ਸਿਧਾਂਤਾਂ ਨੂੰ ਸੱਟ ਮਾਰੀ ਜਾ ਰਹੀ ਹੈ ਉਹਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਸ ਬਾਰੇ ਦਾਸ ਆਪਣੇ ਤੌਰ 'ਤੇ ਜਥੇ ਵੱਲੋਂ ਜੋ ਵੀਡੀਓ ਫਿਲਮ ਬਣਾ ਕੇ ਜ਼ਰੂਰ ਪਾਊਗਾ, ਐਕਸਪਲੇਨ ਕਰੂਗਾ ਵੀ ਕਿਸ ਤਰ੍ਹਾਂ ਇਹ ਪ੍ਰੋਗਰਾਮ ਚੱਲ ਰਿਹਾ, ਜਿਹੜੇ ਪੰਥ ਦੁਖੀ ਆਪਾਂ ਨੂੰ ਕਿੱਦਾਂ ਢਾਲ ਲਾਉਣੀ ਚਾਹੁੰਦੇ ਆ। ਅਤੇ ਉਸ ਵਿੱਚ ਮੁੱਖ ਆਪਾਂ ਜਿਹੜੀਆਂ ਗੱਲਾਂ ਉੱਥੇ ਪ੍ਰਚਾਰ ਵਿੱਚ ਚੱਲਦੀਆਂ ਇਹਨਾਂ ਤੋਂ ਆਪਾਂ ਗੁੰਮਰਾਹ ਨਹੀਂ ਹੋਣਾ ਕਿਉਂਕਿ 2-3 ਕੁਐਸਚਨ ਬਹੁਤ ਚੱਲਦੇ। ਇੱਕ ਤਾਂ ਆਮ ਤੌਰ 'ਤੇ ਚੱਲਦੇ ਜੀ ਸ਼ਬੀਲ ਬੈਨ ਕਰਾਤੀ, ਸ਼ਬੀਲ ਜੀ ਇਹਨੂੰ ਸ਼ਬੀਲ ਬਦਨਾਮ ਕਰਤੇ, ਗੁਰੂ ਪਿਆਰੇ ਖਾਲਸਾ ਜੀ ਸਿੱਖ ਕੌਮ ਦਾ ਇਸ ਤਰ੍ਹਾਂ ਕੁਛ ਬਦਨਾਮ ਨਹੀਂ ਹੋਇਆ ਕਰਦਾ। ਦਾਸ ਬੇਨਤੀ ਕਰਦਾ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਹੜਾ ਇਤਿਹਾਸ ਸੁਣਾਇਆ ਉਹਦੀ ਟੇਪ ਸਾਡੇ ਪਾਸੋਂ ਮਿਲ ਸਕਦੀ ਹੈ, ਸੰਗਤਾਂ ਨੇ ਸੁਣੀ ਹੈ। ਜਿਉਂ ਦੇਹਰਾਦੂਨ 10ਵੇਂ ਪਾਤਸ਼ਾਹ ਪਹੁੰਚੇ ਅਤੇ ਉਹਨਾਂ ਨੇ ਜਦੋਂ ਦੇਹਰਾਦੂਨ ਵਾਲੇ ਮਸੰਦਾਂ ਨੇ ਜੋ ਧੋਖਾ ਕਰਕੇ ਰਾਮ ਰਾਏ ਜੀ ਨੂੰ ਜਿਉਂਦੇ ਨੂੰ ਸਾੜਿਆ ਸੀ ਅਤੇ 10ਵੇਂ ਪਾਤਸ਼ਾਹ ਨੇ ਕਿਹਾ ਵੀ ਅਸੀਂ ਦੁਸਹਿਰਾ ਮਨਾਉਣਾ ਹੈ ਅਤੇ ਉੱਥੇ ਰਾਮ ਰਾਏ ਦੇ ਸੰਬੰਧ ਵਿੱਚ, ਅਤੇ ਤੰਬੂ ਸਿੱਖਾਂ ਨੇ ਲਾ ਲਏ ਅਤੇ ਉਹ ਕਹਿਣ ਲੱਗੇ ਵੀ ਤੁਹਾਨੂੰ ਸਰੂਪੇ ਦੇਣੇ ਗੁਰੂ ਪਿਆਰੇ ਖਾਲਸਾ ਜੀ ਸੰਤਾਂ ਦੇ ਬਚਨ ਆਪ ਦੇ, ਅਤੇ ਕਹਿਣ ਲੱਗੇ ਸਰੂਪੇ ਦੇਣੇ ਆ ਅਤੇ ਜਦੋਂ ਤੁਹਾਨੂੰ ਪਤਾ ਵੀ 1100 ਸੰਤ ਉੱਥੇ ਗੁਰੂ ਸਾਹਿਬ ਨੇ ਸਾੜਿਆ ਜੀ ਉੱਥੇ ਜਾ ਕੇ ਦੇਖ ਸਕਦੇ ਆ, ਸਮਾਨ ਵੀ ਉੱਥੇ ਪਿਆ ਸਾੜਨ ਵਾਲਾ ਕੜਾਹੀ, ਅਤੇ ਤੰਬੂ ਲਾਏ ਸੀ ਅਤੇ ਜਦੋਂ ਮਸੰਦ 400-500 ਸਾੜਿਆ ਉਹ ਕਹਿਣ ਲੱਗੇ ਮਸੰਦ ਕਹਿਣ ਲੱਗੇ ਵੀ ਆਪਣੇ 'ਚੋਂ ਸਰੂਪਾ ਲੈਣ ਜਾਂਦਾ ਬਾਹਰ ਮੁਰਗੀ ਮੁੜ ਕੇ ਨਹੀਂ ਆਉਂਦਾ, ਇਹ ਪ੍ਰੋਬਲਮ ਕੀ ਆ ਵੀ ਇਹ ਸਰੂਪਾ ਲਈ ਜਾਂਦੇ। ਹੁਣ ਗੁਰੂ ਪਿਆਰੇ ਖਾਲਸਾ ਜੀ ਆਪਾਂ ਇਹ ਦੇਖਣਾ ਵੀ ਗੁਰੂ ਸਾਹਿਬ ਕਹਿ ਰਹੇ ਸਰੂਪਾ ਦੇਣਾ ਪਰ ਅੰਦਰ ਬੰਦੇ ਨੂੰ ਤਲ ਰਹੇ ਆ, ਅਤੇ ਇਹਦਾ ਮਤਲਬ ਕਿ ਸਰੂਪਾ ਬਦਨਾਮ ਹੋ ਗਿਆ ਆਪਣਾ, ਆਪਾਂ ਸਰੂਪੇ ਦੇਣੇ ਬੰਦ ਕਰ ਦਈਏ। ਇਹ ਸ਼ਬੀਲਾਂ ਜਿਹੜੀਆਂ ਜੇ ਕਿਸੇ ਨੇ ਕੋਈ ਗੱਲਬਾਤ ਹੋਈ ਆ ਉਹਨਾਂ ਨੇ ਆਪਣਾ ਕੋਈ ਢੰਗ ਬਣਾਇਆ ਕਿਉਂਕਿ ਟਸਲ ਚੱਲਦੀ ਆ ਰਹੀ 6 ਸਾਲਾਂ ਦੀ। ਬਾਬਾ ਸੰਤ ਗੁਰੂ ਘਰ ਜ਼ਿੰਮੇਵਾਰ ਆ ਢੱਡੀਆਂ ਵਾਲਾ ਸੀ, ਅੱਗੇ ਬਾਬਾ ਜੀ ਨੂੰ ਬਹੁਤ ਬੇਨਤੀ ਕੀਤੀਆਂ ਵੀ ਢੱਡੀਆਂ ਆਪਾਂ ਨੂੰ ਬਾਲੀਆਂ ਲੈਣੀਆਂ ਨਹੀਂ ਚਾਹੀਦੀਆਂ ਸਿੱਖ ਕੌਮ ਦੇ ਨਾਲ ਕਿਉਂਕਿ ਸਿੱਖ ਕੌਮ ਬਹੁਤ ਵੱਡੀ ਆ, ਅਤੇ ਜਦੋਂ ਤੁਸੀਂ ਹਰ ਘੜੀ ਬੋਲੀ ਜਾਣਾ ਜ਼ਿੰਮੇਵਾਰੀ ਦੇ ਨਾਲ। ਬਾਬਾ ਸੰਤ ਗੁਰੂ ਘਰ ਬੋਲੇ ਵੀ ਪੱਗ ਲੀਰਾ ਲੀਰਾ ਕਰਤੀ, ਇਹਦੇ 4 ਮੁਖੀ 3 ਆ 2 ਹੁਣ ਨਾਨਕਸਰੀਆਂ 'ਚੋਂ ਜਾਂ ਬਾਬਾ ਮਤਲਬ ਦੂਜੇ ਰਾੜਾ ਸਾਹਿਬ ਵਾਲੇ ਆ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਦੇ ਭਾਵੇਂ 10 ਗਰੁੱਪ ਬਣ ਜਾਣ, ਸਾਨੂੰ ਕੀ ਉਹਦੇ ਇਤਰਾਜ਼ ਆ। ਸੰਤ ਗੁਰਬਚਨ ਸਿੰਘ ਜੀ ਹੁਣਾਂ ਬਾਰੇ ਵਿਹੜੇ ਦੇ ਮਤਲਬ ਭਾਈ ਮੋਹਨ ਸਿੰਘ ਜੀ ਲੰਬੀ ਟਕਸਾਲ ਦੇ, ਉਹਨਾਂ ਵੀ ਤੁਹਾਡਾ ਚੱਲਦਾ, ਸਾਨੂੰ ਕੀ ਇਤਰਾਜ਼ ਆ ਕਿਸੇ 'ਤੇ, ਕਿਉਂਕਿ ਇੱਥੇ ਤਾਂ ਧੀਰ ਮੱਲ ਚੱਲਦਾ ਰਿਹਾ ਪਹਿਲਾਂ ਤੋਂ ਲੈ ਕੇ ਚੱਲ ਰਿਹਾ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਆਪਾਂ ਦੇਖਣਾ ਹੁੰਦਾ ਆ ਵੀ ਜੇ ਕੋਈ ਗੁਰੂ ਪਿਆਰੇ ਖਾਲਸਾ ਜੀ ਸੰਪਰਦਾਵਾਂ ਚੱਲਦੀਆਂ ਉਹਨਾਂ ਦਾ ਕੋਈ ਬਥੇੜਾ ਪੈ ਗਿਆ ਮਾੜਾ ਮੋਟਾ ਉਹਨੂੰ ਛਾਲਣਾ ਤਾਂ ਬਿਨਾਂ ਮਤਲਬ ਤੋਂ। 6 ਸਾਲ ਪਹਿਲਾਂ ਬਾਬਾ ਸੰਤ ਗੁਰੂ ਘਰ ਉਹਨਾਂ ਨੇ ਇਸਦਾ ਮਤਲਬ ਤਰਕਾਂ ਮਾਰੀਆਂ, ਉਹਦਾ ਜਵਾਬ ਵੀ ਭਾਈ ਚਰਨ ਸੋਹਣਾ ਨੇ ਦਿੱਤਾ ਅਤੇ ਹੁਣ ਉਹ ਕਲਿੱਪ ਵੀ ਆ ਗਿਆ ਸਾਹਮਣੇ ਅਤੇ ਬਾਬਾ ਜੀ ਕਹਿ ਰਹੇ ਮੈਂ ਟਕਸਾਲ ਦੀ ਕਦੀ ਪੱਗ ਦੀ ਗੱਲ ਨਹੀਂ ਕੀਤੀ, ਕਿਉਂਕਿ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਨੂੰ ਗੱਲ ਬਹੁਤ ਖਿਆਲ ਦੇ ਨਾਲ ਕਰਨੀ ਚਾਹੀਦੀ ਆ। ਅਤੇ ਦੂਜੇ ਨੰਬਰ 'ਤੇ ਵਿਚਾਰ ਤਾਂ, ਕਿਉਂਕਿ ਜਦੋਂ ਸਾਡੇ ਉੱਥੇ ਇਕੱਠੇ ਹੋ ਜਾਂਦੇ ਪ੍ਰਚਾਰ ਕੀਰਤਨੀਏ ਜੀ ਵਿਚਾਰ ਗੋਸ਼ਟੀ ਕਰਨੀ ਚਾਹੀਦੀ ਆ, ਵਿਚਾਰ ਗੋਸ਼ਟੀ ਕਰਨੀ ਚਾਹੀਦੀ ਜੇ ਕੋਈ ਗਲਤ ਗੱਲ ਵੀ ਹੋਵੇ। ਗੁਰੂ ਪਿਆਰੇ ਵਿਚਾਰ ਗੋਸ਼ਟੀ ਫਿਰ ਗੁਰੂ ਸਾਹਿਬਾਂ 'ਤੇ ਸਾਰੀ ਜ਼ਿੰਮੇਵਾਰੀ ਛੱਡੇ ਜੀ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਗੁਰੂ ਵਿਚਾਰ ਗੋਸ਼ਟੀ ਕਰਦੇ ਰਹੇ ਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਸੀਂ ਤਾਂ ਆਪ ਕਹਿੰਦੇ ਹਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਪਰ ਜੇ ਆਪਾਂ ਗੁਰਮਤ ਦਾ ਸਿਧਾਂਤ ਦੇਖੀਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਨਕ ਮਤੇ ਜਿਹੜਾ ਝੂਠ ਬੋਲਦਾ ਸੀ ਥੱਲੇ ਵੜਿਆ ਸੀ, ਪ੍ਰੋਜੈਕਟਰ ਜਿਹੜਾ ਕਹੀ ਜਾਂਦਾ ਸੀ ਇਹ ਨਾਨਕ ਮਤਾ ਨਹੀਂ ਇਹ ਗੋਰਖ ਮਤਾ ਆਇਆ, ਉਹਨੂੰ ਗੁਰੂ ਸਾਹਿਬ ਨੇ ਮਾਰਿਆ ਨਹੀਂ,
दूजे नंबर ते गुरु साहब ने चल बटाले गुरु साहब को इना ज्ञान है गुरु आप परमेश्वर का रूप है उन्होंने खड़ा छटी नहीं महाराज के पति खड़ा जाके मथे बजती ही जुती फिर जाके काबू आए धीर माला की मतलब मकर चाल वाले ने की किया क्योंकि जो जान बुझ के बंदे कोई मतलब कौम दफेल पैदा करते कौम उदो बड़े वे फर्क लंघती है तो ओर करके अपन सारू एक मुठ हो के मुकाबला करना चाहिए नाले जगत लाले दे नाल भी गुरु साहब विचार गोष्ठी कर सकते सी ए तो पहलो चंगा कि अपन विचार गोष्ठी तक जाना ही ना पवे आप वो मसले ना छेड़िए हुण नानक सरी संपर्दा चलती है उन्होंने चो पैदा होके आए आ कदी असी नानक साहब का नानक पात्र जिहड़ी सारी है असी उन्होंने माड़ा नहीं समझते अपनी जथेबंदी का आपां नूं उन्हां नूं सत्कार करना चाहिए जिहड़ा कितों पैदा होया ते उहदी दस्तार का उन्होंने ख्याल रखना चाहिए ना कि जेड़े बंदे दस नी बाणी गाला कढ़ते दस की बाणी सरोवर गाला कढ़ते नानक सरिया के जे किसी ने महापुरखा के चोले संभाले कोई खड़ावा संभाली कोई खूंडी रखी आनी भद्दी शब्दावली बोलते मैं बड़ा हैरान है भी फिर ढड्डी आला बाबा उन्होंने बंद लैके चलता उन्होंने नाल पूरी ओरी गलबात आ इस करके जेडे उन्होंने महापुरखा इदा गाला कढ़ते वह सुन सकते पर असी नहीं सुन सकते क्योंकि जी टकसाल की जिम्मेवारी है बहुत तगड़ी है शुरू तो चली आती है टकसाल अगे बेनती की दास ने भी दस ग्रंथ नी भद्दी शब्दावली बोलते बोलते अमृत संचार दाणिया से आ गए तो गुरु ग्रंथ साहब जी से आके उन्होंने हमले करने शुरू कर दिते तो यह सिखों मेरी तो यही बेनती है जिदा इंग्लैंड आए हूँ सिख मतलब जथेबंदी सारिया महाराज की कृपा ने चढ़ती कला में आ जे कोई नहीं भी आया मैनू पक्का पता भी वह अपने नाल आ कई दास की गलबात भी हुई है वो सिर्फ यही इस तरह होंगी आ क्योंकि पिछले 30 साल आप बहुत गलत बंद फॉलो करते रहे बंदे पर हम महसूस करते जे कोई काम कौम जिम्मेवारी ना आके कमजोरी करता खालसा की आप लड़ाई लड़ रहे हैं सदा ही चढ़ती कला में रहनी आप मैसेज देना सारिया संगतान कि असी दमदीन टकसाल गुरमत के सिद्धांतों दसा गुरु साहब दिन गुरबाणियां जो गुरु साहब ने दिखाई जो आप ग्रंथ दिते आ उन्होंने किंतु परंतु करने आप अपना नुकसान कर रहे हैं तो जे आप अपना आप नुकसान कर रहे हैं पर आप नहीं करना आप उसे डट के सत्कार कायम रखना इन्ना गुरदास बोलता हुआ बेनती करता कि आप कोई कड़दन आए लफ्ज नहीं बोलने वाहेगुरु जी का खालसा वाहेगुरु जी की फतेह।